ਜਸ ਪੰਜਾਬੀ ਦੇਖ ਰਹੇ ਹੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਨਾਨਕੀ ਕੈਪੀਟਲ ਬਿਜ਼ਨਸ ਫਾਈਨਾਂਸਿੰਗ ਸੋਲੂਸ਼ਨਸ ਲਾਈਵ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਲੈ ਕੇ ਕੋਈ ਵੀ ਕੁਐਸਚਨਸ ਜਾਂ ਬਿਜ਼ਨਸ ਪਲੈਨਿੰਗ ਨੂੰ ਲੈ ਕੇ ਕੁਝ ਸੁਜੈਸ਼ਨਸ ਲੈਣੀਆਂ ਤੇ ਇਹੀ ਪ੍ਰੋਗਰਾਮ ਹੈ ਜਿਹਦੇ ਵਿੱਚ ਜੁੜ ਕੇ ਇਸ ਫਰਮ ਦੇ ਨਾਲ ਤੇ ਜੋ ਇਸ ਫਰਮ ਦੇ ਸੀਈਓ ਪ੍ਰੈਜ਼ੀਡੈਂਟ ਫਾਊਂਡਰ ਕਰਤੇ ਦਰਤੇ ਹੈਗੇ ਉਹਨਾਂ ਦੇ ਨਾਲ ਆਪਣੇ ਸਾਰੇ ਸਵਾਲ ਰੱਖ ਸਕਦੇ ਹੋ ਸੋ ਲੈਟਸ ਬ੍ਰਿੰਗ ਔਨ ਮਿਸ ਨਵ ਜੋਤ ਸਿੰਘ ਜੋ ਕਿ ਨਾਨਕੀ ਕੈਪੀਟਲ ਕੈਪਟਲ ਦੇ ਪ੍ਰੈਜ਼ੀਡੈਂਟ ਹਨ ਨਵਜੋ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ੍ਰੀ ਅਕਾਲ ਤੁਸੀਂ ਹਰ ਹਫਤੇ ਸਾਡੇ ਨਾਲ ਜੁੜਦੇ ਹੋ ਆਮ ਯੂ نو ਪਹਿਲੇ ਜਦੋਂ ਕੋਵਿਡ ਸ਼ੁਰੂ ਹੋਈ ਸੀ ਇੰਨੀ ਜ਼ਿਆਦਾ ਫਾਈਨੈਂਸ਼ੀਅਲ ਤੇ ਜੋ ਇਕਨੋਮਿਕ ਆਪ ਕਹਿ ਸਕਦੇ ਆ ਟ੍ਰੈਜੇਡੀ ਡੈਵਸਟੇਸ਼ਨ ਇਸ ਪੈਂਡੈਮਿਕ ਨੂੰ ਲੈ ਕੇ ਹੋਈ ਆਮ ਉਹਦੇ ਵਿੱਚ ਲੋਕਾਂ ਦੇ ਕੋਲ ਕੁਝ ਸਹੂਲਤਾਂ ਸੀਗੀਆਂ ਤੇ ਆਮ ਤੁਹਾਡੀ ਫਰਮ ਨੇ ਕਮਿਊਨਿਟੀ ਦੀ ਬਹੁਤ ਹੈਲਪ ਕੀਤੀ ਇਸ ਚੀਜ਼ ਨੂੰ ਲੈ ਕੇ ਕਾਫੀ ਜੋ ਫੈਡਰਲ ਗਵਰਨਮੈਂਟ ਵੱਲੋਂ ਰਿਸੋਰਸ ਸਸ ਦਿੱਤੇ ਗਏ ਸੀ ਤੁਸੀਂ ਕਮਿਊਨਿਟੀ ਨੂੰ ਉਹ ਪਹੁੰਚਾਏ ਅਮ ਬਟ ਜਿੱਥੇ ਇਹ ਯੂ نو ਇਹ ਤਾਂ ਚਲੋ ਆਪਾਂ ਕਹਿ ਸਕਦੇ ਆ ਵਨ ਟਾਈਮ ਸਪੋਰਟ ਯਾ ਫਾਈਨੈਂਸ਼ੀਅਲ ਅਸਿਸਟੈਂਸ ਲੋਕਾਂ ਨੂੰ ਇਸ ਕੰਟਰੀ ਦੇ ਵਿੱਚ ਦਿੱਤੀ ਗਈ ਪਰ ਜਿੱਥੇ ਲੌਂਗ ਟਰਮ ਫਾਈਨਾਂਸਿੰਗ ਸੋਲੂਸ਼ਨਸ ਯਾ ਲੌਂਗ ਟਰਮ ਬਿਜ਼ਨਸ ਪਲੈਨਿੰਗ ਦੀ ਗੱਲ ਆਂਦੀ ਹੈ ਉਥੇ ਯੂ نو देयर इज ਅ ਡਿਫਰੈਂਸ ਬੀਟਵੀਨ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਮਾਹਿਰ ਹੋ ਤੁਹਾਡਾ ਆਈਡੀਆ ਬੜਾ ਵਧੀਆ ਹੈ ਵਰਸਸ ਤੁਸੀਂ ਬਿਜ਼ਨਸ ਇਨ ਜਨਰਲ ਦੇ ਵਿੱਚ ਮਾਹਿਰ ਹੋ which takes a different skill set right so ਤੁਹਾਨੂੰ ਉਸ ਚੀਜ਼ ਵਿੱਚ ਮਾहिर ਹੋਣਾ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਕਿਸੇ ਐਕਸਪਰਟ ਨੂੰ ਜਿਸ ਤਰ੍ਹਾਂ ਤੁਹਾਡੀ ਫਰਮ ਹੈਗੀ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਇਸਤੇਮਾਲ ਕਰ ਸਕਦੇ ਹੋ ਗਾਈਡੈਂਸ ਲਈ um ਇਸ ਚੀਜ਼ ਨੂੰ ਲੈ ਕੇ ਮੈਂ ਸਾਡੇ ਵਿਊਅਰਸ ਲਈ ਜਿਨ੍ਹਾਂ ਨੂੰ ਨਹੀਂ ਪਤਾ ਕਿ ਨਾਨਕੀ ਕੈਪੀਟਲ ਕੌਣ ਹੈ ਸ਼ਾਇਦ ਅੱਜ ਸਾਡੇ ਨਾਲ ਪਹਿਲੀ ਵਾਰ ਜੁੜ ਰਹੇ ਹੈ ਮੈਂ ਚਾਹਾਂਗੀ ਥੋੜੀ ਜੀ ਤੁਸੀਂ ਸਾਨੂੰ ਇਸ ਫਰਮ ਦੀ ਬੈਕਗ੍ਰਾਉਂਡ ਤੇ ਇਸ ਫਰਮ ਦੀ ਇਨਸਪੀਰੇਸ਼ਨ ਬਾਰੇ ਦੱਸੋ ਹਾਂ ਜੀ ਥੈਂਕ ਯੂ so much ਸੋ ਇਨਸਪੀਰੇਸ਼ਨ ਸਾਡੀ ਇਹ ਹੈਗੀ ਹੈ ਕਿ ਬੀਬੀ ਨਾਨਕੀ ਜੋ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਿਸਟਰ ਸੀਗੇ ਤੇ ਸਾਡੀ ਸਾਡੀ ਹਿਸਟਰੀ ਵਿੱਚ ਯੂ ਨੋ ਸਿੱਖ ਹਿਸਟਰੀ ਵਿੱਚ ਬੋਥ ਇਨਸਪੀਰੇਸ਼ਨ ਹੈਗੀ ਹੈ ਤੇ ਅਸੀਂ ਉਸ ਇਨਸਪੀਰੇਸ਼ਨ ਨੂੰ ਲੈ ਕੇ ਕੰਮ ਕਰਨਾ ਹੈਗਾ ਕਿਉਂਕਿ ਯੂ ਨੋ ਸਮ ਟਾਈਮਸ ਅਸੀਂ ਕੀ ਕਹਿੰਦੇ ਗੱਲਾਂ ਵਿੱਚ ਹੀ ਰਹਿ ਜਾਂਦੇ ਹਾਂ ਬਟ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਜੋ ਅਸੀਂ ਉਸ ਵੈਲਿਊ ਤੇ ਅਸੀਂ ਐਕਟ ਕਰਦੇ ਹਾਂ ਜੋ ਅਸੀਂ ਬੀਬੀ ਨਾਨਕੀ ਹੋਣ ਕਰਕੇ ਅਸੀਂ ਕਰੇ ਹੁੰਦੇ ਆ ਜਿੱਦਾਂ ਜਿਸਾ ਚਾਈਲ ਨੇ ਖਰੇ ਹੁੰਦੇ ਆ ਕੋ ਨੂੰ ਨਾਨਕ ਤੇਵ ਜੀ ਮਹਾਰਾਜ ਵਨਗਰ ਉੱਥੇ ਵਿੱਚ ਸਾਡੀ ਉਹ ਜਿਹੜੀ ਯੂ ਨੋ ਮਿਠਾਸ ਐ sweetness ਕੋਈ ਵੀ ਕੰਮ ਦੀ business ਹੋਈ ਜਾਂ personal ਕੰਮ ਦੀ ਉਹਦੇ ਵਿੱਚ ਸਾਨੂੰ ਵਾਈਰੂ ਜੀ ਦੀ ਬੈਸਿੰਗਸ ਹੁੰਦੀ ਹੈ ਤੇ ਅਸੀਂ ਇਸ ਕੰਮ ਨੂੰ ਇਸ ਕੰਪਨੀ ਨੂੰ ਉਸ ਇਨਸਪੀਰੇਸ਼ਨ ਨਾਲ ਜੋੜਿਆ ਹੈਗਾ ਤੇ ਸਾਡੀ ਉਮੀਦ ਹੈ ਕਿ ਅਸੀਂ ਜੋ ਵੀ ਅਸੀਂ ਯੂ ਨੋ ਜੋ ਵੀ ਅਸੀਂ ਕਮ ਕਰਨਾ ਹੈ ਨਾ ਉਸੀ ਉਸ ਇਨਸਪੀਰੇਸ਼ਨ ਤੇ ਉਹ ਵੈਲਿਊ ਸਿਸਟਮ ਨੂੰ ਅੱਗੇ ਰੱਖ ਕੇ ਯੂ نو ਅਮ ਯੂ نو ਕਿਉਂਕਿ ਵੈਲਿਊਸ ਬਹੁਤ ਇੰਪੋਰਟੈਂਟ ਹੈਗੇ ਯੂ نو ਉਹ ਜਿਹੜੀ ਸਾਡੀ ਸੱਚੀ ਕਮਾਈ ਹੈ ਔਰ ਸਾਡੀ ਉਹ that is what's we want to um you know leave this world profitable ਆਪਣੀ ਸੱਚੀ ਕਮਾਈ ਤੇ ਮੈਨੇ ਤੇ ਇੱਕ ਦੂਜਿਆਂ ਦੀ ਮਦਦ ਕਰਕੇ ਇੱਕ ਦੂਜੇ ਨੂੰ ਬਾਫਰ ਕੇ ਸਲਾਹ ਕਰਕੇ ਯੂ نو ਵੀ दैट 파ਟਨਰ ਅਮ ਯੂ نو ਅਸੀਂ ਜਿਸ ਨੂੰ um sometimes asi jhijhak jande ha kise nu support karan layi ya kisi di help manggan layi and eh mahol itna jahaega time itna jahaega ki hon khalsa nu the singha nu te apni sardar ne corps nu we have to come together ik dojan nu asi madad kariye guide kariye help kariye um and whole level da ye so sari ek commitment hai gi hai and is is ਇਨਟੈਂਸ਼ਨ ਤੇ ਇਨਸਪੀਰੇਸ਼ਨ ਅਸੀਂ ਕੰਮ ਕਰਿਆ ਜੀ ਅਮ ਜੋਤੀ ਜੀ ਸ਼ੁਰੂ ਤੋਂ ਹੀ ਜਦੋਂ ਤੋਂ ਤੁਸੀਂ ਅਮ ਇਸ ਫਰਮ ਨੂੰ ਲੈ ਕੇ ਆਇਓ ਸਾਡੇ ਦਰਸ਼ਕਾਂ ਦੇ ਨਾਲ ਅਮ ਵਾਕਿਫ ਕਰਾ ਰਹੇ ਹੋ ਉਹਨਾਂ ਨੂੰ ਕਿ ਕਿਸ ਤਰ੍ਹਾਂ ਦੀ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਸ਼ੁਰੂ ਤੋਂ ਹੀ ਅਮ ਇੱਕ ਆਪਾਂ ਕਹਿ ਸਕਦੇ ਹਾਂ ਇਕ ਆਇਡੈਂਟੀਟੀ ਅਮਰਜ ਹੋਈ ਹੈ ਤੁਹਾਡੀ ਫਰਮ ਬਾਰੇ ਜੋ ਤੁਹਾਡੇ ਥਰੂ ਸਾਨੂੰ ਦਿਸਦੀ ਹੈ ਉਹ ਹੈਗੀ bizness for the soul right ਕਿ ਤੁਸੀਂ ਇਹ ਕੰਮ ਦਿਲੋਂ ਕਰ ਰਹੇ ਹੋ right ਐਂਡ ਇਹ ਜੋ ਤੁਹਾਡੀ ਫਰਮ ਹੈ ਤੁਸੀਂ ਖਾਸ ਕਰਕੇ ਸਮਾਲ ਬਿਜ਼ਨੈਸਸ ਸਟਾਰਟਅਪਸ ਨਵੇਂ ਬਿਜ਼ਨੈਸਸ ਨੂ ਉਹਨਾਂ ਨੂੰ ਫੋਕਸ ਰੱਖ ਕੇ ਉਹਨਾਂ ਨੂੰ ਗਾਈਡ ਕਰਦੇ ਹੋ ਜਿਨ੍ਹਾਂ ਦੇ ਕੋਲ ਜ਼ਿਆਦਾ ਰਿਸੋਰਸ ਜ਼ਿਆਦਾ ਸਪੋਰਟ ਜਾਂ ਹੈਲਪ ਨਹੀਂ ਹੁੰਦੀ ਆਪਣੇ ਬਿਜ਼ਨਸ ਨੂੰ ਐਸਟੈਬਲਿਸ਼ ਕਰਨ ਲਈ ਗਰੋ ਕਰਨ ਲਈ ਸੋ ਜੇ ਤੇ bizness is the soul ਆਂਦਾ ਯੂ نو bizness ਦੇ ਵਿੱਚ ਉਦਾਂ ਤਾਂ ਲੋਕਾਂ ਦੀ ਬੈਲੈਂਸ ਸ਼ੀਟ ਵਿੱਚ ਨੰਬਰਸ ਅਪ ਐਂਡ ਡਾਊਨ ਹੁੰਦੇ ਬਟ ਜਦੋਂ ਆਪਾਂ bizness with a soul ਦੀ ਗੱਲ ਕਰਦੇ ਆਂ ਕਦੀ ਕਦੀ ਇਸ ਤਰ੍ਹਾਂ ਦੇ ਲਾਸਸ ਸਾਨੂੰ ਝੇਲਨੇ ਪੈਂਦੇ ਆ ਜੋ ਕਿਸੇ ਵੀ ਯੂ نو ਲਾਈਨ ਆਈਟਮ ਜਾਂ ਬੈਲੈਂਸ ਸ਼ੀਟ ਜਾਂ ਬੈਂਕ ਅਕਾਊਂਟ ਤੋਂ ਬਿਲਕੁਲ ਹਟ ਕੇ ਹੁੰਦੇ ਆ ਰਾਈਟ ਐਂਡ ਉਹਨਾਂ ਨੂੰ ਜੋ ਆਪਣੇ ਹਿਊਮਨ ਲਾਸਸ ਹੁੰਦੇ ਨੇ ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੀਦਾ ਆਈ ਵਾਂਟ ਯੂ ਟੂ ਸ਼ੇਅਰ ਸਮ ਸਮ ਆਫ ਆਹ ਦੀਸ ਸਟੋਰੀਜ਼ ਵਿਦ ਅਸ ਬਿਕੋਜ਼ ਆਮ ਯੂ نو ਹੋਪਫੁਲੀ ਤੁਹਾਨੂੰ ਸੁਣ ਕੇ ਲੋਕੀ ਇਨਸਪੀਰੇਸ਼ਨ ਡਰਾ ਕਰਨਗੇ ਕਿ ਬਿਜ਼ਨਸ ਦੇ ਵਿੱਚ ਹਰ ਇੱਕ ਚੀਜ਼ ਪ੍ਰੋਫਿਟ ਤੇ ਲਾਸ ਨਹੀਂ ਹੁੰਦਾ ਕਿ ਕਦੇ-ਕਦੇ ਇਦਾਂ ਦੇ ਵੀ ਲਾਸਸ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਬੈਲੈਂਸ ਸ਼ੀਟ ਤੇ ਬਿਲਕੁਲ ਕੁਆਂਟੀਫਾਈ ਨਹੀਂ ਕਰ ਸਕਦੇ ਹਾਂਜੀ ਇਹ ਇਨਾ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਨਾ ਤੇ ਬੰਦਾ ਚੁੱਪ ਹੋ ਜਾਂਦਾ ਹੈ ਸੋਚਣ ਵਿੱਚ ਕਿਉਂਕਿ ਇਹ ਬੈਲੈਂਸ ਸ਼ੀਟ ਇਹ ਪ੍ਰੋਪਰਟੀ ਗੱਲ ਨਹੀਂ ਹੈ ਸੋ ਮੈਂ ਥੋੜਾ ਜਿਹਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿਉਂਕਿ ਅਸੀਂ ਊਬਰ ਡਰਾਈਵਰ ਅਮ ਲਿਫਟ TLC ਸਾਡੀ ਨਾ ਆਲਮੋਸਟ ਫॉर 20 25 ਇਅਰਸ ਅਸੀਂ ਇਸ ਕੰਮ ਵਿੱਚ ਇੰਸ਼ੋਰੈਂਸ ਵਿੱਚ ਕਰ ਰਹੇ ਹਾਂ ਤੇ ਨਾਨਕੀ ਕੈਪੀਟਲ ਇੱਕ ਸਾਡੀ ਅਮ ਯੂ نو ਅ ਫੈਮਿਲੀ ਵਿੱਚ ਵੀ ਆਰ ਜਸਟ ਥਿਸ ਇਜ਼ ਅ ਆਰਮ ਆਫ ਇਟ ਉਹਦੀ ਇੱਕ ਬਾਹ ਹੈਗੀ ਹੈ ਬੱਲ ਉਹਦੇ ਨਾਲ ਅਸੀਂ ਨਾ ਜਿਹੜਾ ਅਸੀਂ ਉਹ ਬਰਨ ਲਿਫਟ ਡਰਾਈਵਰਸ ਨੂੰ ਅਸੀਂ ਪੀਪੀਪੀ ਲੋਨ ਦਵਾਏ ਉਹਨਾਂ ਨੂੰ ਗਾਇਡ ਕੀਤਾ ਉਹਨਾਂ ਨੂੰ ਹਰ ਚੀਜ਼ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਕਿ ਦੇ ਸਟੇ ਸੇਫ ਬੱਲ ਕਿਉਂ ਨਾ ਯਸ਼ਵੀਤ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਬਸ ਫਿਰ ਵੀ ਕਦੀ ਕਦੀ ਨਾ ਸਾਡੇ ਕਸਟਮਰ ਯੂ ਨੋ ਯੂ ਨੋ ਯੂ ਨੋ ਜਨਾਦਾ ਲੈ ਕੇ ਕਿਉਂ ਨਾ ਜਾਣਾ ਸੋ ਸਾਡੀ ਲਾਈਕ ਸਾਡੀ ਚੋਟ ਲਫਰਮ ਹੈਗੀ ਹੈ ਸਾਡੇ ਕਸਟਮਰਸ ਵੀ ਪੂਰੇ ਹੋ ਗਏ ਕੋਵਿਡ ਕਰਕੇ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਸਾਨੂੰ ਫਿਰ ਫੋਨ ਆਉਂਦਾ ਇਤੇ ਉਹਨਾਂ ਦੇ ਬੱਚਿਆਂ ਦਾ ਫੋਨ ਆਉਂਦਾ ਜਾਂ ਉਹਦੀ ਵਾਈਫ ਦਾ ਫੋਨ ਆਇਆ ਤੇ ਉਸ ਟਾਈਮ ਤੇ ਅਸੀਂ ਉਸ ਟਾਈਮ ਤੇ ਅਸੀਂ ਜਸ ਉਹਨਾਂ ਨਾਲ ਬਾਟ ਕੇ ਤੇ ਫੋਨ ਤੇ ਯੂ نو ਵੀ ਕੈਨ ਜਸ ਬੀ ਵਿਦ them ਉਹਨਾਂ ਲਈ ਉਹਨਾਂ ਦੇ ਸਪੋਰਟ ਲਈ ਕਿਉਂਕਿ ਵੀ ਅਸੀਂ ਜਦਾਂ ਪੇਮੈਂਟ ਵੀ ਹਰ ਚੀਜ਼ ਅਸੀਂ ਜੋ ਕਰ ਸਕਦੇ ਸੀ ਕੋਸ਼ਿਸ਼ ਕੀਤੀ ਬਟ ਵੀ ਵੇਰ ਨਾਟ ਏਬਲ ਟੂ ਯੂ نو ਪ੍ਰੋਟੈਕਟ them অর ਸੇਵ them ਪਰ ਸੇਜਾ ਹਮ ਲੈਕ ਸੋ অল ਸਟਾਰਡੇ ਲਾਸ ਹੁੰਦੀ ਹੈ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿਉਂਕਿ ਸੈਡੇ ਨੇ ਉਹ ਕਸਟਮਰ ਖਾਲੀ ਕਸਟੋਰ ਨਹੀਂ ਸੀਗਾ ਸੈਡੇ ਫਰੈਂਡ ਸੀਗੇ ਅਸੀਂ ਉਹਨਾਂ ਨੂੰ ਉਹਨਾਂ ਦੇ ਯੂ ਨੋ ਐਂਡ ਸਮ ਟਾਈਮ ਸੈਡੇ ਨਾ ਕਸਟਮਰ ਇਸ ਪੈਨਿਕ ਬੜੇ ਬੜੇ ਪਿਆਰੇ ਸਪੈਨਿਸ਼ ਬੁਲਣ ਵਾਲੇ ਸੋ ਅਸੀਂ ਸਪੈਨਿਸ਼ ਕਰਦੇ ਉਹਨਾਂ ਸੋ ਸਟਾਰਡੇ ਜਿਹੜੀ ਲਾਸ ਹੋਈ ਹੈ ਉਹਨਾਂ ਨੂੰ ਅਸੀਂ ਬੜਾ ਫੀਲ ਕੀਤਾ ਹੈਗਾ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਯੂ ਨੋ ਇਹ ਜਿਹੜੀ ਜਿਹੜੀ ਅਸੀਂ ਟਫ ਟਾਈਮ ਤੋਂ ਨਿਕਲ ਰਹੇ ਆ ਨਾ ਕਿ ਅਸੀਂ ਜੇ ਸਾਰੇ ਇੱਕ ਦੂਜੇ ਦੀ ਸਪੋਰਟ ਕਰੀਏ ਹੈਲਪ ਕਰੀਏ ਤੇ ਇਟ ਵਿਲ ਬੀ ਬੈਸਟ ਬਿਜ਼ਨਸ ਵਿਦ ਅ ਸੋਲ ਬਟ ਐਂਡ ਆਲਸੋ ਵਿਦ ਅ ਵਿਦ ਪਿਆਰ ਨਾਲ ਯੂ نو ਕਦੀ ਕਦੀ ਅਸੀਂ ਅਸੀਂ ਕਰਨੀ ਕੁਝ ਨਹੀਂ ਕਰ ਪਾ ਸਕਦੇ ਪਰ ਕਿਸੇ ਦਾ ਰੋਣਾ ਸੁਣ ਲੋ ਕਿਸੇ ਦਾ ਦੁੱਖ ਸੁਣ ਲੋ ਸਮਟਾਈਮਸ ਦੈਟਸ ਆਲ ਨੀਡਡ ਐਂਡ ਉਹਦੇ ਵਿੱਚ ਨਾ ਪੰਜਾਬੀ ਬੋਲਣ ਦੀ ਲੋੜ ਹੈ ਨਾ ਇੰਗਲਿਸ਼ ਬੋਲਣ ਦੀ ਲੋੜ ਹੈ ਨਾ ਸਪੈਨਿਸ਼ ਬੋਲਣ ਦੀ ਲੋੜ ਹੈ ਜਸ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਜਿਹੜੀ ਦੁੱਖ ਹੈ ਉਹਨਾਂ ਨੂੰ ਸਪੋਰਟ ਕਰਨ ਲਈ ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈ ਬਿਜ਼ਨਸ ਵਿੱਚ ਤੇ ਹਰ ਚੀਜ਼ ਵਿੱਚ ਆਈ ਥਿੰਕ ਇਹ ਬਿਜ਼ਨਸ ਦੀ ਖਾਲੀ ਗੱਲ ਨਹੀਂ ਹੈ ਸੜੀ ਲਾਈਫ ਵਿੱਚ ਬਹੁਤ ਇੰਪੋਰਟੈਂਟ ਹੈ ਜੀ ਜੀ ਐਬਸੋਲੂਟਲੀ ਜੋਤੀ ਜੀ ਅਮ ਸੋ ਸਭ ਤੋਂ ਪਹਿਲੇ ਅਫਸੋਸ ਕਰਦੇ ਹਾਂ ਕਿ ਤੁਸੀਂ ਇਹ ਸਾਡੇ ਨਾਲ ਸਟੋਰੀ ਸ਼ੇਅਰ ਕੀਤੀ ਅਮ ਉਮੀਦ ਹੈ ਕਿ ਫੈਮਿਲੀ ਨੂੰ ਜੋ ਹੈਲਪ ਮਿਲ ਸਕਦੀ ਹੈ ਮਿਲ ਰਹੀ ਹੈ ਇਸ ਵੇਲੇ ਅਮ ਜੋਤੀ ਜੀ ਯੂ نو ਇਸ ਤਰ੍ਹਾਂ ਦੀ ਜੋ ਰੀਅਲ ਲਾਈਫ ਹਿਊਮਨ ਸਟੋਰੀਜ਼ ਹੁੰਦੀਆਂ ਹਨ ਉਹਨਾਂ ਦੇ ਨਾਲ ਹੀ ਅਗਰ ਆ uh, ਲੋਕੀ um ਉਹਨਾਂ ਨੂੰ ਖਿਆਲ ਚ ਰੱਖ ਕੇ ਬਿਜ਼ਨਸ ਕਰਨ denn ਦੁਨੀਆ ਕਿੰਨੀ ਵਧੀਆ ਹੋਏ ਰਾਈਟ ਬਟ ਅਨਫੋਰਚਨਟਲੀ ਕਦੀ ਕਦੀ ਜਿਸ ਤਰ੍ਹਾਂ ਸਪੈਸ਼ਲੀ ਜੋ ਵੱਡੇ ਬਿਜ਼ਨੈਸਸ ਹੁੰਦੇ ਆ ਉਹ ਇਨ ਚੀਜ਼ਾਂ ਤੋਂ ਬਹੁਤ ਹਟ ਜਾਂਦੇ ਪਰੇ ਹੋ ਜਾਂਦੇ ਆ ਬਟ ਅਗਰ ਇਹੋ ਜੀ ਵੈਲਿਊਜ਼ ਕੋਈ ਬਿਜ਼ਨਸ ਸ਼ੁਰੂ ਤੋਂ ਹੀ ਆਪਣੇ ਫਾਊਂਡੇਸ਼ਨ ਵਿੱਚ ਪਾ ਕੇ ਚੱਲਦੇ ਆ ਯੂ نو ਦੇ ਕੈਨ ਕ੍ਰੀਏਟ ਅ Uh, a great future. Um, so um, I, I kind of want to talk about Joe A to C ਅਮ ਇਹ ਥੀਮ ਛੇੜੀ ਹੈ ਕਿ ਕਿਸ ਤਰ੍ਹਾਂ ਲੋਕੀ ਬਿਜ਼ਨਸ ਕਰ ਸਕਦੇ ਐ ਐਂਡ ਜੋ ਇਹੋ ਜਿਹਾ ਹੁਣ ਮਾਹੌਲ ਬਣ ਗਿਆ ਹੈ ਇਟਸ ਨਾਟ ਹਾਊ ਥਿੰਗਸ ਯੂਸਟ ਟੂ ਬੀ ਕਿ ਯੂ نو ਕਟ ਥਰੋਟ ਕਿ ਤੁਸੀਂ ਅੱਗੇ ਸਭ ਤੋਂ ਅੱਗੇ ਜਾਣਾ ਹੈ ਐਂਡ ਯੂ نو ਬਾਕੀਆਂ ਨੂੰ ਕੱਟ ਕੇ ਤੁਸੀਂ ਅੱਗੇ ਦੌੜਨਾ ਹੈ ਅਮ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਯੂ ਰਾਈਟ ਲੋਕਾਂ ਨੂੰ ਇੱਕ ਦੂਜੇ ਦੀ ਸਪੋਰਟ ਕਰਨੀ ਪੈਣੀ ਹੈ ਯੂ ਹੈਵ ਟੂ ਡੂ ਇਟ ਬਿਕਾਜ਼ ਹਰ ਇੱਕ ਬੰਦੇ ਨੂੰ ਅੱਜ ਦੀ ਡੇਟ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਕ੍ਰਾਈਸਿਸ ਮਹਿਸੂਸ ਹੋ ਰਹੀ ਹੈ um unless you're you know, the top. 0.02% ਆਫ ਦ ਪੋਪੂਲੇਸ਼ਨ ਜਿਨਾਂ ਦੀ ਵੈਲਥ ਇਨਕਰੀਸ ਹੋਈ ਹੈ ਬਟ ਬਾਕੀ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਸ ਹੋਇਆ ਹੈ ਭਾਵੇਂ ਉਹ ਪੈਸੇ ਦਾ ਹੋਇਆ ਕਿਸੇ ਹੋਰ ਚੀਜ਼ ਦਾ ਇਸ ਤਰ੍ਹਾਂ ਤੁਸੀਂ ਹੁਣੇ ਸ਼ੇਅਰ ਕੀਤੀ ਹੈ ਸੋ ਆਈ ਡੂ ਵਾਂਟ ਟੂ ਟਾਕ ਅਬਾਊਟ ਨੈਟਵਰਕਿੰਗ ਇਨ ਕਿਸਾਨ ਬਿਜ਼ਨੈਸਸ ਤੇ ਇੱਕ ਇੰਡੀਵਿਜੂਅਲ ਤੌਰ ਤੇ ਵੀ ਕਮਿਊਨਿਟੀ ਇੱਕ ਤੋ ਜਿਹਨੂੰ ਸਪੋਰਟ ਕਰ ਸਕਦੀ ਹੈ ਅੱਜ ਦੀ ਡੇਟ ਦੇ ਵਿੱਚ ਇਸ ਟਾਈਮ ਦੇ ਵਿੱਚ ਬੜੀ ਥੋੜੀ ਜਿਹੀ ਬ੍ਰੇਕ ਲਈ ਲੁਕਦੇ ਆ ਤੁਸੀਂ ਕਿਥੇ ਨਾ ਜਾਓ ਵੀਵਰਸ ਤੁਸੀਂ ਵੀ ਸਾਡੇ ਨਾਲ ਬਿਲਕੁਲ ਇਸੇ ਤਰ੍ਹਾਂ ਬਨੇ ਰਹੋ ਤੁਹਾਡੇ ਵੀ ਵਿਚਾਰ ਇਸ ਮੁੱਦੇ ਨੂੰ 来 ਕੇ ਇਸ ਟਾਪਿਕ ਨੂੰ ਲੈ ਕੇ ਕਿ بزਨਸ ਕਿਸ ਤਰ੍ਹਾਂ ਤੁਸੀਂ ਇੱਕ ਵਧੀਆ ਵੈਲਿਊ ਸਿਸਟਮ ਨਾਲ ਕਰ ਸਕਦੇ ਹੋ ਗੱਲ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਾ ਸਵਾਗਤ ਤੁਸੀਂ ਵੇਖ ਰਹੇ ਹੋ ਨਾਨਕੀ ਕੈਪਰੋ بزਨਸ ਫਾਈਨੈਂਸਿੰਗ ਸੋਲਿਊਸ਼ਨਸ ਲਾਈਵ ਬਟ ਅੱਜ ਸਾਡੀ ਗੱਲ ਥੋੜੀ ਵੱਖਰੀ ਜੀ ਹੋ ਰਹੀ ਹੈ ਆਫ ਕੋਰਸ بزਨਸ ਦੇ ਵਿੱਚ ਹਰ ਇੱਕ ਦਾ ਫੋਕਸ ਹੁੰਦਾ ਹੈ ਬਾਟਮ ਲਾਈਨ ਤੇ ਕਿੰਨਾ ਪ੍ਰੋਫਿਟ ਕਿੰਨਾ ਲਾਸ ਬੈਂਕ ਤੁਹਾਡਾ ਅਕਾਊਂਟ ਕਿੰਨਾ ਪ੍ਰਫੁੱਲਤ ਹੈਗਾ ਬਟ ਅੱਜ ਬਿਜ਼ਨਸ ਮਿਲ ਕੇ ਥੋੜੀ ਜੀ ਡਿਫਰੈਂਟ ਜੀ ਗੱਲ ਕਰ ਰਹੇ ਕਿ ਬਿਜ਼ਨਸ ਦੀ ਵੈਲਿਊਜ਼ ਕਿਸ ਤਰ੍ਹਾਂ ਦੀ ਹੋਣੀ ਚਾਹੀਦੀਆਂ ਜਦੋਂ ਬਿਜ਼ਨਸ ਦੀ ਨੈਟਵਰਕਿੰਗ ਦੀ ਗੱਲ ਆਉਂਦੀ ਹੈ ਕਿਸ ਤਰ੍ਹਾਂ ਤੁਸੀਂ ਇੱਕ ਦੂਜੇ ਨੂੰ ਸਪੋਰਟ ਕਰ ਸਕਦੇ ਹੋ ਤੇ ਆਫ ਕੋਰਸ ਜਿੱਥੇ ਨਾਨਕੀ ਕੈਪੀਟਲ ਦੀ ਗੱਲ ਆਉਂਦੀ ਹੈ ਤੇ ਸਾਡੇ ਨਾਲ ਜੁੜੇ ਹੈ ਸੀਈਓ ਫਾਊਂਡਰ ਮਿਸ ਨਵਜੋਤ ਸਿੰਘ ਜੋਤੀ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਤੁਸੀਂ ਬੜੇ ਅਫਸੋਸ ਦੀ ਗੱਲ ਸਾਡੇ ਨਾਲ ਸ਼ੇਅਰ ਕੀਤੀ ਇਹੋ ਜਿਹਾ ਲਾਸ ਜਿਹਦੇ ਤੇ ਤੁਸੀਂ ਕੋਈ ਪ੍ਰਾਈਸ ਟੈਗ ਕਿਸੇ ਬੈਲੈਂਸ ਸ਼ੀਟ ਉਹਨੂੰ ਕਵਾਂਟਿਫਾਈ ਨਹੀਂ ਕਰ ਸਕਦੇ ਬਟ ਇਹ ਲਾਸ ਜੋ ਇੱਕ ਜ਼ਿੰਦਗੀ ਦਾ ਹੁੰਦਾ ਹੈ ਉਹ ਇਸ ਵੇਲੇ ਪੂਰਾ ਕੰਟਰੀ ਮਹਿਸੂਸ ਕਰ ਰਿਹਾ ਹੈ I mean ਇੰਨੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਲਾਈਵਜ਼ ਲਾਸਟ ਰਾਈਟ ਇਨ ਇਹ ਛੋਟੇ ਸਮੇਂ ਵਿੱਚ I think ਕਿਸੇ ਨਾ ਕਿਸ ਨੂੰ ਤਾਂ a cheese uh, har ek nu a cheese kisi na level te hai, right um but regardless uh, you know we have to move forward and um jo business vich hai unanu apna kaam chalana pehna but there is pa keh sakte hain there is um uh, a way to do both, right? To see business successfully, chalabi sakdeyo. the business values new priority de take taki to see business see You can do business with a soul, right? Um, so let's talk a little bit about networking. To see local firm, the rahim business consulting kardeo, focused on the small business, new businesses, khas karke unadi the financing options de hundai. But you help them uh, with general guidance too, to establish ਕਰਨਾ ਹੈ ਇਸ ਮੁਕਾਮ ਦੇ ਵਿੱਚ ਜਦੋਂ ਕੋਈ ਨਵਾਂ bizness ਸ਼ੁਰੂ ਹੁੰਦਾ ਹੈ ਨੈਟਵਰਕਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਸ ਲੈਵਲ ਤੇ ਐਂ ਕਿੱਥੇ ਉਹ ਨੈਟਵਰਕਿੰਗ ਤੁਸੀਂ ਇੱਕ ਪਰਸਨਲ ਤੌਰ ਤੇ ਕਰ ਸਕਦੇ ਹੋ ਆਪਣੇ professional line ਨੂੰ grow ਕਰਨ ਲਈ ਅੰਜੀ ਸੋ ਸਮ ਟਾਈਮਸ ਵੀ ਹੁੰਦਾ ਹੈ ਨਾ ਅਸ਼ਵੀਤਾ ਅਸੀਂ ਇੱਕ ਦੂਜੇ ਨੂੰ ਕੰਪੀਟ ਬੰਦੇ ਨੂੰ ਕੰਪੀਟੀਟਰ ਸਮਝਦੇ ਹਾਂ ਲਾਈਕ ਐਂਡ ਅੰਜੀ ਸੋਜਸ ਲਿਮਿਟਿੰਗ ਹੈਗੀ ਹੈ ਕਿ ਜੇ ਮੇਰੇ ਕੋਲ ਕੋਈ ਚੀਜ਼ ਹੈ ਮੈਂ ਵੰਡ ਕੇ ਨਹੀਂ ਛਕਣਾ ਜਾਂ ਮੈਂ ਸ਼ੇਅਰ ਹੀ ਨਹੀਂ ਕਰਨਾ ਕੋਈ ਤੇ ਛੋਟੀ ਗੱਲ ਤੇ ਹੋ ਜਾਂਦਾ ਕਿ ਜੇ ਮੈਨੂੰ ਕੋਈ ਅੱਛਾ ਅਕਾਊਂਟੈਂਟ ਵੀ ਹੈਗਾ ਮੈਂ ਦੱਸਣਾ ਵੀ ਨਹੀਂ ਚਾਹਦੀ ਮੇਰਾ ਅਕਾਊਂਟੈਂਟ ਕੋਲ ਹੈਗਾ ਲਾਈਕ ਪੀਪਲ ਐਂਡ ਦੀ ਚੀਜ਼ਾਂ ਦੱਸ ਕਿਉਂ ਨਹੀਂ ਆਈਗੇ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਸੋ ਮੇਰਾ ਇਹ ਹੀ ਹੈਗਾ ਕਿ ਜੇ ਕੋਈ ਅੱਛਾ ਕੰਮ ਕਰਨਾ ਹੈ ਉਹਨਾਂ ਨੂੰ ਰੈਫਰਲ ਰੈਫਰਲ ਇਸ ਗੁੱਡ ਰਾਈਟ ਕਿਉਂਕਿ ਤੁਹਾਡੇ ਲਈ ਰੈਫਰਲ ਅੱਛਾ ਹੈ ਸਾਡੇ ਲਈ ਰੈਫਰਲ ਅੱਛਾ ਹੈ ਤੇ ਰੈਫਰਲ ਐਂਡ ਦੀ ਰਿਲੇਸ਼ਨਸ਼ਿਪ ਹੁੰਦੀ ਹੈ ਕਿ ਬਸ ਅਸੀਂ ਸ਼ਾਰਟ ਟਰਮ ਨਹੀਂ ਕਰਨਾ ਕਿ ਹਾਂ ਅੱਛਾ ਓਕੇ ਬਾਏ ਬਾਏ ਸੀ ਯੂ ਅਸੀਂ ਲੌਂਗ ਟਰਮ ਰਿਲੇਸ਼ਨਸ਼ਿਪ ਬਿਲਡਿੰਗ ਕਰਨੀ ਹੈ ਬਸ ਖਾਲੀ ਇਹ ਨਹੀਂ ਹੈਗਾ ਕਿ ਜਦ ਤੱਕ ਔਰ ਡੀਲ ਖਤਮ ਹੋਏ ਜਾਂ ਕੋਈ ਚੀਜ਼ ਅਧਾ ਹੋਏ ਅਸੀਂ ਉਹ ਇਦਾਂ ਜਿਹਾ ਯੂ نو ਰਿਲੇਸ਼ਨਸ਼ਿਪ ਬਿਲਡ ਕਰਨਾ ਹੈ ਹਰ ਪਰਸਨਲ ਆਪਣੇ ਕਸਟਮਰ ਨਾਲ ਆਪਣੇ ਕੰਪੀਟੀਟਰ ਨਾਲ ਆਪਣੇ ਜਿਹੜੇ ਵੈਂਡਰ ਨਾਲ ਜਿਨ੍ਹਾਂ ਵੀ ਥੋੜੀ ਜਿਨ੍ਹਾਂ ਨਾਲ ਤੁਸੀਂ ਬਿਜ਼ਨਸ ਕਰ ਰਹੇ ਹੋ ਤੇ ਮੇਰੀ ਇਹ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਟੀਮ ਹੈ ਸਾਰੇ ਵੀ ਆਰ ਜਸਟ ਯੂ نو ਕਿ ਇਨਸਪਾਇਰਡ ਕਿ ਹਰ ਹਰ ਪਰਸਨ ਨੂੰ ਅਸੀਂ ਉਸ ਰਿਲੇਸ਼ਨਸ਼ਿਪ ਰਿਸਪੈਕਟ ਦੇਣਾ ਚਾਹੁੰਦੇ ਆ ਤੇ ਆਈ ਥਿੰਕ ਜਿਦਾ ਯੂ نو ਆਈ ਫੀਲ ਕਿ ਉਹਦੇ ਵਿੱਚ ਵੈਲਿਊ ਬਹੁਤ ਹੈਗਾ ਕਿਉਂਕਿ ਤੁਸੀਂ ਸ਼ਾਰਟ ਟਰਮ ਨਹੀਂ ਦੇਖ ਰਹੇ ਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਅੱਗੇ ਵਾਸਤੇ ਸ਼ਾਇਦ ਇਸ ਪਰਸਨ ਨੇ ਉਹਨਾਂ ਨੂੰ ਇਸ ਟਾਈਮ ਨਹੀਂ ਲੋੜ ਹੈ ਜਾਂ ਇਸ ਟਾਈਮ ਅਸੀਂ You know, uh, referral ni ho pa yah yako'y kam ni baniya gal ni bani. But just ano ano lower pa yada kung they'll remember ki onan mm -hmm. you know respect kiti onan esay saladiti. Mm -hmm. And I don't know, Ashwita, I think uh, competition you know not everybody's competition. It's you know, just like commerce, chamber of commerce, networking They could like you know I think vice versa like there's enough for everybody. you know there's plenty of opportunity koi any koi limitation nahi hai pata hai ki limitation sadi soch hai limitation sadi thinking hai jehda assi ab dujjanu assi banjay kisi nu ba katde rehnde ha banjay assi kisi nu utha hi hai ohna di uthawasna sadi vi hai you know we are yeah, together yeah. right yeah, yeah. so Jee. mainu bas uh, ek kaafi e, jehda time assi kadre ha it is suddenly challenging a business life, family life, hard uh, in san lee right now. Uh, but shalibas, they both challenge hai, you. know, you know, they're also another village, uh, change who are here. but i see, i ja you know, value system, new heart is which lackey i yet. i thinking which again lackey i yet. then ojida value will lead us. and again, butchala, they say, butchala, they say, better who because. اسی اونالے کافی ایگزامپلز سیٹ کی جی بالکل ہاؤ ٹو بی ਕੁਝ ਸਾਲਾਂ ਪਹਿਲੇ ਇੱਕ ਟਰਮ ਬੜੀ ਫੇਮਸ ਹੋਈ ਸੀ ਜਦੋਂ ਇਹ ਸਾਰੇ ਆਕਿਊਪਾਈ ਵਾਲ ਸਟਰੀਟ ਐਂਡ ਇਹੋ ਜੇ ਬਿਗ ਬਿਜ਼ਨਸ ਦੇ ਖਿਲਾਫ ਪ੍ਰੋਟੈਸਟ ਐਂਡ ਮੂਵਮੈਂਟ ਸ਼ੁਰੂ ਹੋਏ ਖਾਸ ਕਰਕੇ ਯੂਥ ਨੂੰ ਲੈ ਕੇ ਜੋ ਡਿਸਨਫਰੈਂਚਾਈਜ਼ ਸਨ ਜਾਂ ਡੈਟ ਦੇ ਅੰਡਰ ਦਬੇ ਹੋਏ ਹੋਏ ਸੀ um so us vele you know a a term likhli um corporate responsibility right mm -hmm. and har ek vaddi vaddi corporation bade business ne kya ke dekho ji apa kinne responsible ha apa a donation karde ha ya toade you know revenue to inna percent itthe janda hai ya sadi um a supply chain environment friendly hegi and it seemed like you know um eh thoda dikhava ja siga ke dekho saadi bhi company kinni vaddi kinni vaddi paave hoye but apa ek achhi company hege right but oh de piche ni substance ni sigi uh versus um you know agar koi nawa business shuru kar reha hai they can build in corporate responsibility paave oh corporate level te is vele ni hege but oh jo corporate responsibility da mindset hega ਉਦੇਵਾਰੇ ਤੁਸੀਂ ਸਾਨੂੰ ਦੱਸੋ ਕਿ ਅਗਰ ਤੁਸੀਂ ਸ਼ੁਰੂਆਤ ਤੋਂ ਹੀ ਉਹ ਚੀਜ਼ ਨੂੰ ਆਪਣੇ ਬਿਜ਼ਨਸ ਦੇ ਵਿੱਚ ਇੰਬੈਡ ਕਰਨਾ ਹੋਵੇ ਕਿਸ ਤਰ੍ਹਾਂ ਦੇ ਡਿਸੀਜਨਸ ਤੁਹਾਨੂੰ ਲੈਣੇ ਚਾਹੀਦੇ ਆ ਨਾ ਦੈਟਸ ਵੰਡਰਫੁਲ ਸ਼ਮਿਕਾ ਇਟ ਬੜੀ ਐਵਰੀ ਐਵਰੀ ਇੰਟਰਸਟਿੰਗ ਚੀਜ਼ ਟੈਲ ਸੀ ਕਾਪਰੇਟ ਰਿਸਪੋਨਸਿਬਿਲਟੀ ਬਟ ਉਦੇਵਿਚ ਕਾਫੀ ਇਟ ਵਾਸ ਜਸਟ ਮੋਰ ਟਾਕ It was like a PR stunt, hana? they ko Sard DV ad Pepsi had one, Amazon had one. Like all would brands the corporate responsibility the ads Like It was it was very interesting. I know. And but like your substance just ki like you know, true responsibilities personal responsibility that gets translated to corporate responsibility, and which her cooperation in Sanjit is based on humanity. Jire customer is o human hage. employee hage, o human hage. Pohn jado tosi apne apnu, jine bhi Corporate Wall Street, vardiya vardiya skyscraper In the end, the ground is the same. We walk on the same ground. Tosi jine meri apnu pu which skyscraper which I think the real thing is ki personal responsibility is, you know, the commitment that carries corporate responsibility. And in the end, 30 customer, 30 employee, oh, oh, value. Karenge. And it's it, it, it Wall Street, Main Street, a business, hai, asi personal responsibility, अपने employees, अपने customer customers, oh, and respect. Izzat, um, you know, and just that will carry us. And oh, na, it's that it's ripple effect I don't know the Punjabi which कितना कहने की ओ oh, चीज uh, you know अगर uh, फैल दिए हाँ जी हाँ जी हाँ जी 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 Thank जी, जी, जी नहीं, दी, नहीं, दी, बिल्कुल दी, बिल्कुल ऊँचाई फैल दिए जी and जो तो um, and I think असी असी ज़्यादातर दुनिया नूँ देखते रहेंगे कि न्यू वड़ा ऊँचाई but really ground असी सारा नहीं ground पे walk करना है क्या पे पे grounded रहना चाहिए था right be humble and be thankful okay. uh, very like you know as we are really blessings very good apni Sikh community the punjabi community there. very hard working community and a um you know pyar wali community <laughs> so i just really feel as we us cheez no aage leke jaiye te bajaye the ek di latta networking uh, referral ਯੂ نو ਕਿਸੇ ਨੂੰ ਅਮ ਯੂ نو ਗਾਈਡ ਕਰਨਾ ਜੇ ਸਾਨੂੰ ਨਹੀਂ ਪਤਾ ਕਿ ਹੈਲਪ ਅ ਛੋਟੀ ਛੋਟੀ ਚੀਜ਼ ਆਉਂਦੀ ਹੈ ਕਿਆ ਐਂਡ ਆਈ ਥਿੰਕ ਜਸ ਪੰਜਾਬੀ ਅਸ਼ਮੀਤਾ ਤੁਸੀਂ ਕਾਫੀ ਇਸ ਚੀਜ਼ ਦੇ ਬਾਰੇ ਤੁਸੀਂ ਕਾਫੀ ਇਸ ਚੀਜ਼ ਦੀ ਪਰਸਨਲ ਰਿਸਪੋਨਸਿਬਿਲਟੀ ਫਰਮ ਦਿਸ ਸਾਰੀ ਜਸ ਪੰਜਾਬੀ ਟੀਮ ਕਿ ਤੁਸੀਂ ਹਰ ਚੀਜ਼ ਨੂੰ ਇਸ ਚੀਜ਼ ਦਾ ਧਿਆਨ ਰੱਖਦੇ ਹੋ ਬਿਕਾਜ਼ ਆਈ ਫਾਈਂਡ ਦੈਟ ਰਿਸਪੋਨਸਿਬਿਲਟੀ In the just Punjabi team, so I really admire and thank you for all that. Thank you, thank you. To see in the शब्द शनिवार it's a team effort, absolutely. Jyoti ji, to see one thing के में और ते थोड़ा focus करना because we should give some action items, right? Viewers mm -hmm. new, come dena चाहिए, sanu, tips देने चाहिए. Um, at at the end of the day, of course, you are a consulting firm, right? So ए mm -hmm. advice, uh, that is what you do. कोई business शुरू कर रहे हैं, already business which चान, uh, does ਮੈਨੂੰ ਲੱਗਦਾ ਤੁਸੀਂ ਗੁੱਡ ਐਡਵਾਈਸ ਤੋਂ ਬੈਨੀਫਿਟ ਨਹੀਂ ਕਰ ਸਕਦੇ ਰਾਈਟ ਆਮ ਲਾਸਟ ਵੀਕ ਅਪਾ ਮਾਰਕੀਟਿੰਗ ਦੀ ਗੱਲ ਕੀਤੀ ਸੀ ਐਂਡ ਆਈ ਆਲਵੇਸ ਲਾਈਕ ਟੂ ਟੈਲ ਪੀਪਲ ਜੁਕਿੰਦੇ ਕਿ ਸਾਨੂੰ ਮਾਰਕੀਟਿੰਗ ਦੀ ਲੋੜ ਨਹੀਂ ਐਂਡ ਆਈ ਰਿਮਾਈਂਡ them ਕਿ ਦੁਨੀਆ ਦੇ ਸਭ ਤੋਂ ਯੂ نو ਮਸ਼ਹੂਰ ਬ੍ਰਾਂਡਸ ਮੈਕਡੋਨਲਡਸ ਨੂੰ ਲੈ ਲੋ ਉਹਨਾਂ ਦੇ ਵੀ ਬਿਲਬੋਰਡਸ ਚੱਲਦੇ ਆ ਉਹਨਾਂ ਦੇ ਵੀ ਐਡਾਂ ਚੱਲਦੀਆਂ ਸੋ ਇਹ ਕੋਈ ਗੱਲ ਨਹੀਂ ਹੈ ਕਿ ਕਿਸੇ ਨੂੰ ਮਾਰਕੀਟਿੰਗ ਦੀ ਲੋੜ ਨਹੀਂ ਹੈ ਐਂਡ ਇਨ ਦ ਸੇਮ ਵੇਨ ਗੁੱਡ ਐਡਵਾਈਸ ਜਿੰਨੀ ਜ਼ਿਆਦਾ ਹੋਏ ਉਨੀ ਵਧੀਆ ਰਾਈਟ ਸੋ ਦੈਟਸ ਵੇਅਰ ਯੂ ਕਮ ਇਨ ਬਿਜ਼ਨਸ ਸਾਈਡ ਤੋਂ ਰਿਫਰਲਸ ਦੀ ਆਪਾਂ ਗੱਲ ਕਰ ਰਹੇ ਹਾਂ ਰਾਈਟ ਰਿਫਰਲਸ ਇੱਕ ਤਾਂ ਹੈਗਾ ਜੋ ਫਾਰਮਲ ਰਿਫਰਲ ਦਾ ਪ੍ਰੋਸੈਸ ਹੈ ਤੁਸੀਂ ਆਪਣਾ ਯੈਲਪ ਰਿਵਿਊ Google ਰਿਵਿਊ Facebook ਤੇ ਲਾਈਕਸ ਯੂ نو दैट ਕਾਈਂਡ ਆਫ ਥਿੰਗ ਬਟ ਕਿੰਨੀ ਪਾਵਰ ਹੁੰਦੀ ਹੈ ਮਾਉਥ ਟੂ ਮਾਉਥ ਰਿਫਰਲ ਦੀ ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਡਾ ਕੋਈ ਵਧੀਆ ਕਾਊਂਟੈਂਟ ਹੈਗਾ ਜਾਂ ਤੁਹਾਡੀ ਨੇਬਰਹੂਡ ਵਿੱਚ ਕੋਈ ਵਧੀਆ ਰੈਸਟੋਰੈਂਟ ਆ ਕੋਈ ਇਹੋ ਜਿਹਾ ਬਿਜ਼ਨਸ ਪ੍ਰੋਵਾਈਡਰ ਹੈਗਾ ਭਾਵੇਂ ਉਹ ਯੂ نو ਛੋਟੇ ਤੋਂ ਛੋਟਾ ਜਾਂ ਕੋਈ ਵੱਡਾ ਤੁਸੀਂ ਕਹਿ ਲਓ ਸਰਵਿਸ ਪ੍ਰੋਵਾਈਡਰ ਹੋਵੇ ਅਗਰ ਤੁਹਾਡਾ ਵਧੀਆ ਐਕਸਪੀਰੀਅੰਸ ਜੈਨੂਇਨਲੀ ਰਹਾ ਹੈ ਤੁਹਾਡੀ ਕਿੰਨੀ ਕਿ ਰਿਸਪੌਂਸਿਬਿਲਟੀ ਬੰਦੀ ਹੈ ਉਸ ਚੀਜ਼ ਨੂੰ ਅੱਗੇ ਰਿਫਰ ਕਰਨ ਦੀ ਆਫ ਦਾ ਸਿਚੁਏਸ਼ਨ ਇਜ਼ ਰਾਈਟ ਹੈ ਨਾ ਐਂ ਕਿਸ ਤਰ੍ਹਾਂ ਜੋ ਵਰਡ ਆਫ ਮਾਉਥ ਰਿਫਰਲਸ ਹਨ ਉਹਨਾਂ ਦਾ ਬਿਜ਼ਨਸ ਤੇ ਕਿਸ ਤਰ੍ਹਾਂ ਦਾ ਇੰਪੈਕਟ ਹੁੰਦਾ ਹੈ ਆਈ ਥਿੰਕ ਥੈਟ ਗੁੱਡ بی ਗੈਟਸ ਗੁੱਡ ਯੂ نو ਜੋ ਅੱਛਾ ਕੰਮ ਕਰਦਾ ਹੈ ਉਹ ਤੁਸੀਂ ਉਹਨਾਂ ਨੂੰ ਅੱਛਾ ਹੀ ਲਾਈਕ ਯੂ ਵਾਂਟ ਟੂ ਸ਼ੇਅਰ ਥੇ ਮੈਂ ਆਪਣੇ ਫਰੈਂਡਸ ਹੋਰ ਫੈਮਿਲੀ ਨੂੰ ਯੂ ਰਿਫਰ ਥੈਮ ਬਿਕਾਜ਼ ਤੁਹਾਡਾ ਐਕਸਪੀਰੀਅੰਸ ਅੱਛਾ ਰਹਾ ਹੈ so ikhtar a trust ikhtar a on a trust relationship iki ikhtar um you know old iki this is a good work you know jinani acha work we get a achieve service the tea acha product i got and i think he um as he as he call cardia referral but sometimes jinasi karna that we don't sometimes um i don't know why maybe um maybe you know Fear, com competition karke who knows ki sadi koi cheez chali jayegi <laughs> i don't know yeah, so yeah. i think ki um sadi equities adan jaan wali the hani je tusi kisi nu refer karda ਕਾਉਂਟੈਂਟ ਹੋਏ ਜਾਂ ਕੋਈ ਫੋਰ ਰੈਸਟੋਰੈਂਟ ਬਹੁਤ ਕਿੰਨਾ ਬੈਨੀਫਿਟ ਮਿਲ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਰਿਫਰ ਕਰ ਰਹੇ ਉਹਨਾਂ ਨੂੰ ਬਿਜ਼ਨਸ ਮਿਲੂਗਾ ਉਹਨਾਂ ਦਾ ਬਿਜ਼ਨਸ ਗਰੋ ਹੋਏਗਾ ਉਹ ਅੱਗੇ ਤੁਹਾਨੂੰ ਅਪਰੀਸ਼ੀਏਟ ਕਰਨਗੇ ਸ਼ਾਇਦ ਤੁਹਾਨੂੰ ਕੋਈ ਬੈਨੀਫਿਟ ਉਹਦੇ ਚੋਂ ਮਿਲ ਸਕਦਾ ਹੈ ਨਾ ਵੀ ਮਿਲੇ ਤਦ ਵੀ ਕਰਨਾ ਚਾਹੀਦਾ ਹੈ I think ਰਿਫਰਲ ਦੀ ਗੱਲ ਬਹੁਤ ਹੀ ਵਧੀਆ ਤੁਸੀਂ ਦੱਸੀ ਸਾਨੂੰ ਅੱਜ ਤੇ ਸਾਰਿਆਂ ਨੂੰ ਆਪਾਂ ਅਰਜ ਕਰਦੇ ਹਾਂ ਕਿ ਤੁਸੀਂ ਅਗਰ ਕਿਸੇ ਵਧੀਆ ਤੁਹਾਡਾ ਕੋਈ ਵਧੀਆ ਬਿਜ਼ਨਸ ਦੇ ਨਾਲ ਐਕਸਪੀਰੀਅੰਸ ਹੁੰਦਾ ਹੈ ਜ਼ਰੂਰ ਵਰਡ ਆਫ ਮਾਊਥ ਕਿਸੇ ਦੇ ਨਾਲ ਜਿਨ੍ਹਾਂ ਨੂੰ ਉਸ ਬਿਜ਼ਨਸ ਦੀ ਸਰਵਿਸ ਦੀ ਲੋੜ ਹੈ ਉਹਨਾਂ ਨੂੰ ਦੱਸੋ ਖੁਦ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ बिकॉज ਉਹਨਾਂ ਨੂੰ ਕਿੰਨਾਕ ਫਾਇਦਾ ਹੋ ਸਕਦਾ ਹੈ ਜਿਸ ਤਰ੍ਹਾਂ ਜੋਤੀ ਤੁਸੀਂ ਕਹਿ ਰਹੇ ਸੀ ਅੱਜ ਦੀ ਡੇਟ ਵਿੱਚ ਮਾਹੌਲ ਇਸ ਤਰ੍ਹਾਂ ਦਾ ਕਿ ਸਾਨੂੰ ਇੱਕ ਦੂਜੇ ਦੀ ਹੈਲਪ ਕਰਨ ਦੀ ਲੋੜ ਹੈਗੀ ਨਾ ਕਿ ਲੱਤਾਂ ਖਿੱਚਣ 올 ਆਵਰ ਟਾਈਮ ਤੱਕ ਗਿਆ ਹੈ ਰਾਈਟ ਹਰ ਇੱਕ ਬੰਦੇ ਨੂੰ ਅੱਜ ਦੀ ਡੇਟ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ ਜੋਤੀ ਜੀ ਤੁਹਾਡੀ ਫਰਮ ਨਾਨਕੀ ਕੈਪੀਟਲ ਵਾਂਸ ਅਗੇਨ ਮੈਂ ਸਾਰਿਆਂ ਨੂੰ ਜਸਨਾ ਚਾਹੁੰਦੀ ਆ ਬਿਜ਼ਨਸ ਫਾਈਨੈਂਸਿੰਗ ਸੋਲੂਸ਼ਨਸ ਖਾਸ ਕਰਕੇ ਬਟ ਸਮਾਲ ਬਿਜ਼ਨੈਸਿਸ ਨੂੰ ਜੋ अर्ली ਜਿਹਦੇ ਵਿੱਚ ਚੈਲੰਜਸ ਆ ਨੇ ਉਹਨਾਂ ਦੇ ਵਿੱਚ ਤੁਸੀਂ ਗਾਈਡ ਕਰ ਸਕਦੇ ਹੋ ਐਸਟੈਬਲਿਸ਼ ਬਿਜ਼ਨੈਸਸ ਨੂੰ ਜਿਨ੍ਹਾਂ ਨੇ ਨੈਕਸਟ ਲੈਵਲ ਤੇ ਜੰਪ ਕਰਨਾ ਹੈ ਉਹਨਾਂ ਨੂੰ ਤੁਸੀਂ ਆਪਣੇ ਫਾਈਨੈਂਸ਼ੀਅਲ ਐਕਸਪੀਰੀਅੰਸ ਦੇ ਨਾਲ ਗਾਈਡ ਕਰ ਸਕਦੇ ਹੋ ਐਂਡ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ ਜ਼ਰੂਰ ਵਿਊਅਰਸ ਨੂੰ ਸਾਡੀ ਦਰਖਾਸਤ ਹੈ ਕਿ ਤੁਹਾਡੇ ਨਾਲ ਡਾਇਰੈਕਟਲੀ ਕੰਟੈਕਟ ਕਰਨ ਤੇ ਥੋੜੀ ਜੀ ਕੰਸਲਟਿੰਗ ਲੈਣ ਕਿ ਕਿਸ ਤਰ੍ਹਾਂ ਉਹ ਆਪਣੇ ਬਿਜ਼ਨਸ ਨੂੰ ਵਧਾ ਸਕਦੇ ਹੈ ਜੋਤੀ ਜੀ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਅਗਲੇ ਹਫਤੇ ਮਿਲਾਂਗੇ ਤੁਹਾਨੂੰ ਇਸੇ ਟਾਈਮ ਟਾਈਮ ਹੈਵ ਅ ਗੁੱਡ ਰੈਸਟ ਆਫ ਯੂਅਰ ਵੀਕ ਸਸਿਕਾਲ ਮੈਂ ਬਾਕੀ ਵੀਅਰਸ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਆਫਕੋਰਸ ਇਹ ਪ੍ਰੋਗਰਾਮ ਲਾਈਵ ਦੇਖ ਰਹੇ ਹੋ ਜੋਤੀ ਜੀ ਵਾਂਸ ਅਗੇਨ ਸਾਡੇ ਨਾਲ ਹਰ ਹਫਤੇ ਵੈਨਸਡੇ 7 ਪੀਐਮ ਈਸਟਰਨ ਜੁੜਦੇ ਆ ਲਾਈਵ ਐਂਡ ਇਹਨਾਂ ਦੀ ਕੰਟੈਕਟ ਇਨਫਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ ਆ ਇਥੇ ਵਾਂਸ ਅਗੇਨ ਰੈਪ ਅਪ ਕਰਦੇ ਆ ਜੋਤੀ ਜੀ ਆ ਉਹ ਸੀ ਯੂ ਨੈਕਸਟ ਵੀਕ ਐਂਡ ਬਾਕੀ ਵੀਅਰਜ਼ ਅਗਰ ਸਾਡੇ ਲਈ ਤੁਹਾਡੇ ਕੋਲ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ ਇਨਫੋ@ਜਸਟਬ੍ਰਾਡਕਾਸਟਿੰਗ.com ਆਸ਼ਮਿਤਾ@ਜਸਟਬ੍ਰਾਡਕਾਸਟਿੰਗ.com ਜੋਤੀ ਜੀ ਜਾਣੀਆਂ ਨੇ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ you know, uh story, the CC uh you know uh clients the insurance side Um you know uh insurance the business hega Maya insurance that is the umbrella company just ba a uh nanki capital you know just to quickly touch on that, um, ਉਹਨਾਂ ਨੇ ਕਿੰਨਾ ਆਪਾਂ ਕਹਿ ਸਕਦੇ ਹਾਂ ਕਮਿਊਨਿਟੀ ਦੀ ਇਸ ਟਾਈਮ ਦੇ ਵਿੱਚ ਹੈਲਪ ਕੀਤੀ ਟੂ ਗੈਟ ਪਾਸਡ ਥਿਸ ਸਿਚੁਏਸ਼ਨ ਐਂਡ ਜੋ ਇ ਇਨਸਟੈਂਸ ਵੇਅ ਆਮ ਉਹਦੇ ਵਿੱਚ ਯੂ نو ਮਾਇਆ ਇੰਸ਼ੋਰੈਂਸ ਦਾ ਦਾ ਕੀ ਰੋਲ ਸੀਗਾ ਆਈ ਥਿੰਕ ਆਮ ਮਾਇਆ ਇੰਸ਼ੋਰੈਂਸ ਮੇਰੀ ਫੈਮਿਲੀ ਦੀ ਬਿਜ਼ਨਸ ਹੈ ਕਿਆ ਤੇ ਉਹਦੇ ਵਿੱਚ ਮੇਰੇ ਫਾਦਰ ਰਾਮ ਨਰਸ਼ਨ ਸਿੰਘ ਜੀ ਉਹਨਾਂ ਦੀ ਪ੍ਰਿੰਸੀਪਲ ਤੇ ਉਹਨਾਂ ਦੀ ਵਿਜਨਰ ਤੇ I definitely think on our name today client sing uh onanu no kafi jida insurance payments the jida um uh, you know delayed pia you know adjust kita so jithe jithe us uh, company side te onanne kar sake customers lai like, onanne puri madad kiti ki har client te customer nu no jina nu no chere minne sige ki onanu no financial pressure na ape te onanne no payment plan ya kida via adjust kita gaya so i think um you know i think we learn the values from our family and so i do i do acknowledge that oh jo we hagia asci of your mother father so grateful for that absolutely. and i think my insurance, sadi community dike, definitely. Uh, we never talk about it on this program because this is the non-key capital program. Uh, but, um, you know, a ajo, uh, entity hegi, um, a firm, my insurance has been around sadianto um, community, the help career, locally help career. Um, and, and, you know, Jyoti ji um, i'm going to take a little bit extra time here um, just because, you know, uh, we are uh, talking about a very sensitive subject, and um, once again, in Nanki capital, the show a bilkul bka they understand Um But agar kisi insurance thi load is there something jyathe uh, insurance the business financing they come together? Hanji, so for TLC insurance, Uber, Lyft, uh, for hire guidance yeah insurance this is sasi ji phone will be here to help you awesome once again Nanki uh, capital all the information is on the screen jyoti singh founder ceo jyoti ji milde agle hafte take care my mai baki viewers in the chandiye is mudde nu laake topic nu laake ya program nu once again tusi side nal bhi contact kar sakde ho info at just broadcasting ashmit at just broadcasting humne de ho ijazat sasikan